Pre. Onlar. La. Pre. ਉਸਨੂੰ ਯਾਰ ਦਿਸਦਾ ਨਹੀਂ ਪਿਆ ਨਰਮਾ ਯਾਰ ਲਾਉਂਦਾ ਅਜੇ ਤੇ ਹਾਲਾਤ ਵੈਸੇ ਖਰਾਬ ਹੈ ਭਾਵੇਂ ਪੀਟਰ ਲਾ ਕੇ ਚੱਕਣਾ ਪਵੇ ਆ ਵੀ ਕੰਮ ਵੀ ਉਸਨੂੰ ਚੜਿਆ ਪਿਆ ਨੀਵੇਂ ਨਾ ਨੀਵੇਂ ਤਾਂ ਵੈਸੇ ਮਤਲਬ ਵੈਸੇ ਬਰਬਾਦ ਹੋ ਗਿਆ ਅਸਲਾਮ ਵਾਲੇਕੁਮ ਉਮੀਦ ਕਰਦਾ ਸਰ ਤੁਸੀਂ ਖਰੀਦਣਾ ਹੋਣਗੇ ਅਤੇ ਇਹ ਕੱਲ੍ਹ ਪਰਸੋਂ ਦੀ ਬਾਰਿਸ਼ ਪਈ ਹੈ ਅਤੇ ਇਹਦਾ ਪਾਣੀ ਵੇਖ ਲਓ ਅਸੀਂ ਹੁਣ ਕੱਢ ਰਹੇ ਹਾਂ ਤਾਂ ਵੇਖ ਲਓ ਕਿੱਲਾ ਜਿਹੜਾ ਨੀਵਾਂ ਸੀਗਾ ਸਾਰਾ ਖਾਲੇ ਦਾ ਦੋ ਨੱਕੇ ਖੁੱਲ੍ਹੇ ਸੀ ਇੱਕ ਨੀਵਾਂ ਅਤੇ ਇੱਕ ਦੂਸਰਾ ਇਹਦੇ ਦੋਵੇਂ ਨੱਕੇ ਖੁੱਲ੍ਹੇ ਸੀ ਅਤੇ ਕਿੱਲਾ ਸੀਗਾ ਨੀਵਾਂ ਅਤੇ ਰਾਤ ਬਾਰਿਸ਼ ਪਈ ਆ ਅਤੇ ਕਿੱਲਾ ਨਰਮਾ ਡੁੱਬ ਗਿਆ ਸਾਰਾ ਸਿਰਫ ਦੋ ਦੋ ਪੱਤਰ ਨਜ਼ਰ ਆ ਰਹੇ ਸੀ ਹੁਣ ਤਾਂ ਪਾਣੀ ਵਾਹਵਾ ਨਿਕਲ ਗਿਆ ਅੱਗ ਨਾਲੋਂ ਅਤੇ ਖਾਲੇ ਵਾਲੇ ਪਾਣੀ ਕੱਢਿਆ ਜਿਹੜੇ ਕਹਿਰਾ ਸੁੱਕਾ ਉਹਨੂੰ ਲਾ ਰਹੇ ਇੱਧਰ ਫਟੀ ਲਾਈ ਜਾਵੇ ਪਾਣੀ ਉੱਧਰ ਅਗਾਂਹ ਨਾ ਜਾਵੇ ਇਹ ਚਰੀ ਡੁੱਬੀ ਹੋਈ ਸੀ ਇਹ ਅਸੀਂ ਲਾਇਆ ਹੋਇਆ ਪੱਖਾ ਅਤੇ ਯਾਨੀ ਕਿ ਪਾਣੀ ਕੱਢ ਰਹੇ ਹਾਂ ਇੱਧਰ ਪੱਖੇ ਨਾਲ ਜਿਹੜਾ ਬਾਰਿਸ਼ ਨਾਲ ਬਹੁਤਾ ਪੈ ਗਿਆ ਸੀ ਯਾਨੀ ਕਿ ਪਾਣੀ ਨਾ ਕੱਢਦੇ ਅਸੀਂ ਅਤੇ ਨਰਮਾ ਜਿਹੜਾ ਅਸੀਂ ਸੁੱਕ ਜਾਣਾ ਸੀਗਾ ਇਸ ਵਾਸਤੇ ਅਸੀਂ ਪਾਣੀ ਇਹਦੇ ਕੱਢ ਰਹੇ ਹਾਂ ਤੁਸੀਂ ਸਮਝਦੇ ਹੋ ਕਿ ਪਾਣੀ ਕਿੱਥੋਂ ਕਿਵੇਂ ਜਾ ਰਿਹਾ ਤੁਹਾਨੂੰ ਉਹ ਵੀ ਚੈੱਕ ਕਰਾ ਦਿੰਦਾ ਤਾਂ ਨਰਮੇ ਥਾਣੀ ਪਾਣੀ ਜਾ ਰਿਹਾ ਵਾ ਅਤੇ ਖਾਲੇ ਦੇ ਵਿੱਚ
ਅੱਜ ਚੋਣ ਪਾਣੀ ਕੱਢ ਕੇ ਹਟੇ ਸੀ ਅਤੇ ਨਰਮੇ ਦੀ ਹਾਲਤ ਵੇਖ ਲਓ ਕੀ ਹੋਇਆ ਵੀ ਨਰਮਾ ਸਾਰਾ ਹੀ ਡੁੱਬਿਆ ਹੋਇਆ ਸੀ। ਹੁਣ ਪੱਤਰ ਜਿਹੜੇ ਨਾ ਬਿਲਕੁਲ ਸੜ ਚੁੱਕੇ ਨੇ, ਪੱਤਰ ਜਿਹੜੇ ਨਾ ਬਿਲਕੁਲ ਹੀ ਖਤਮ ਹੋ ਚੁੱਕੇ ਨੇ। ਹੁਣ ਇਹਦੀ ਉਮੀਦ ਨਹੀਂ ਹੈ ਕਿ ਬਚ ਸਕੇ। ਕੋਈ ਤਕਦੀਰੀ ਬੂਟਾ ਜਿਹੜਾ ਪਾਣੀ ਦੇ ਉੱਤੇ ਉੱਤੇ ਸੀਗਾ ਉਹ ਬਚਿਆ, ਬਾਕੀ ਸਾਰਾ ਖਤਮ ਹੋ ਗਿਆ। ਉਹ ਥਲਾਇਆ ਸੀ ਟਰੈਕਟਰ ਕੱਢਦੇ ਰਹੇ, ਜਿਹੜਾ ਇਹਦੇ ਨਾਲ ਦਾ ਕਿਆਰਾ ਸੀ ਉਹ ਬਿਲਕੁਲ ਬਚਿਆ। ਇੱਧਰੋਂ ਇਸ ਨਰਮੇ ਥਾਣੀ ਕੱਢ ਕੇ ਖਾਲੇ ਜਾ ਕੇ ਅਤੇ ਦੂਸਰੇ ਨਰਮੇ ਰਹਿੰਦੇ ਨੇ ਜਿਹ 'ਚ ਬਹੁਤ ਘੱਟ ਪਾਣੀ ਸੀ, ਅਤੇ ਇਹਦੀ ਤਾਂ ਵੈਸੇ ਹੀ ਖਤਮ ਹੋ ਗਿਆ ਨਰਮਾ ਜਿਹੜਾ। ਕੋਈ ਕੋਈ ਬੂਟਾ ਹਰਾ ਰਹਿ ਜਾਏਗਾ, ਬਾਕੀ ਨਹੀਂ। ਇਹ ਨਰਮੇ ਪਾਣੀ ਨਾ ਬਹੁਤ ਥੋੜ੍ਹਾ ਘੱਟ ਸੀਗਾ ਅਤੇ ਬਹੁਤ ਐਸ ਕਿਆਰੇ ਸੀ, ਕਿਉਂਕਿ ਐਸ ਕਿਆਰੇ ਦਾ ਨੱਕਾ ਵੀ ਖੁੱਲ੍ਹਾ ਸੀ, ਬਾਰੇ ਦਾ ਪਾਣੀ ਹੁੰਦਾ ਰਿਹਾ। ਇਹ ਕਿੱਲਾ ਹੈਗਾ ਸਾਰਾ ਦੁਨੀਆ ਪਾਣੀ ਸਾਰਾ ਇਹਦੇ 'ਚ ਪੈਂਦਾ ਰਿਹਾ, ਤਾਂ ਇਹ ਬਹੁਤ ਹੋ ਗਿਆ।